इनफॉर्मेशन भेजेगी भी सर कोई शक्की केस है क्योंकि ये साइन सिम्टम उसी तरह के हैं जिस तरह के कोरोना वायरस से होंगे। नोवल कोरोना वायरस में लेके पूरे भारत पंजाब विच जिहड़ा कि लॉकडाउन किया करफ्यू लगाया होया है इसीलिए किया गया है कि जिहड़ी लोग ने अपने घरां विच रहन सुरक्षित रहन ताकि किसी तरह का कोई खतरा जिहड़ा वा उह सामने ना देखने मिले। असीं हुण पहुंचे हाँ सिविल सर्जन अनूप जी को कि पट्टी दे विच एक महिला जिहड़ी आ उह शक दे घेरे विच आई जिन्हां नूं इत्थे लिया के आइसोलेट विच दाखिल किया गया उहनां नाल गल करना चाहुंदे हां सर की ਅੱਛਾ ਕੱਲ੍ਹ ਨੂੰ ਇਹ ਸਸਪੈਕਟਿਡ ਕੇਸ ਸੀ ਇੱਕ ਲੇਡੀ ਜਿਹੜੀ ਕਿ ਪੱਟੀ ਤੋਂ ਸਾਨੂੰ ਫੋਨ ਆਇਆ ਸੀ ਉੱਥੋਂ ਦੇ ਰੈਪਿਡ ਰਿਸਪੋਂਸ ਟੀਮ ਨੇ ਐਗਜ਼ਾਮਿਨ ਕੀਤਾ ਇਸ ਨੂੰ ਅਤੇ ਇਨਫੋਰਮੇਸ਼ਨ ਭੇਜੀਗੀ ਵੀ ਸਰ ਕੋਈ ਸ਼ੱਕੀ ਕੇਸ ਹੈ ਕਿਉਂਕਿ ਇਹਦੇ ਸਾਈਨ ਸਿਮਟਮ ਉਸੇ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦੇ ਕਰੋਨਾ ਵਾਇਰਸ ਦੇ ਹੁੰਦੇ ਹੈ। ਬੁਖਾਰ ਸੀ ਇਸ ਨੂੰ ਕੁਛ ਦਿਨਾਂ ਤੋਂ, ਫੀਵਰ ਅਤੇ ਸੁੱਕੀ ਖਾਂਸੀ ਸੀ ਅਤੇ ਨਾਲ ਥੋੜ੍ਹੀ ਜਿਹੀ ਸਾਹ ਲੈਣ 'ਚ ਤਕਲੀਫ ਮਹਿਸੂਸ ਕਰ ਰਹੀ ਸੀ ਅਤੇ ਨੈਚੁਰਲੀ ਸ਼ੱਕ ਪਿਆ ਉਹਨਾਂ ਨੇ ਪੱਟੀ ਵਾਲੇ SMO ਸਾਹਿਬ ਨੇ ਫੋਨ ਕੀਤਾ ਫਿਰ ਅਸੀਂ ਇੱਥੋਂ ਐਂਬੂਲੈਂਸ ਭੇਜ ਕੇ ਇਹਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਦਾਖਲ ਕਰਾਤਾ ਔਰ ਆਈਸੋਲੇਸ਼ਨ ਵਾਰਡ ਦੇ ਵਿੱਚ ਇਹਦੀ ਸੈਂਪਲ ਲੈ ਕੇ ਸੈਂਪਲ ਭੇਜ ਦਿੱਤਾ ਗਿਆ। ਹੁਣ ਟ੍ਰੀਟਮੈਂਟ ਇਹਦੀ ਸ਼ੁਰੂ ਕੀਤੀ ਹੋਈ ਸਿਮਟੋਮੈਟਿਕ ਟ੍ਰੀਟਮੈਂਟ ਔਰ ਪਹਿਲੇ ਨਾਲੋਂ ਬੈਟਰ ਹੈਗੀ। ਅੱਜ ਸਵੇਰੇ ਹੀ SMO ਸਾਹਿਬ ਨੇ ਫੋਨ ਕਰਕੇ ਉਹਦਾ ਹਾਲ ਚਾਲ ਵੀ ਪੁੱਛਿਆ ਅਤੇ ਉਹਦਾ ਰਿਸਪੋਂਸ ਵੀ ਹੈ। ਅੰਦਰ ਜਿਹੜੇ ਸਾਡੇ ਸਟਾਫ ਨਰਸਿਸ ਨੇ ਡਿਊਟੀ 'ਤੇ ਉਹਨਾਂ ਨੇ ਵੀ ਦੱਸਿਆ ਵੀ ਪੇਸ਼ੈਂਟ ਦੀ ਹਾਲਤ ਠੀਕ ਹੈਗੀ। ਹੁਣ ਅਗਲੀ ਕਾਰਵਾਈ ਜਿਹੜੀ ਵੀ ਕੀਤੀ ਜਾਏਗੀ ਉਹ ਜਦੋਂ ਇਹਦੀ ਰਿਪੋਰਟ ਆਏਗੀ ਉਹਦੇ ਮੁਤਾਬਿਕ ਨੈਕਸਟ ਕਾਰਵਾਈ ਕੀਤੀ ਜਾਏਗੀ। ਸਰ ਕੋਈ ਟੋਟਲ ਆਪਣੇ ਮਰੀਜ਼ ਕਿੰਨੇ ਕੁ ਵੇਖਣ ਨੂੰ ਮਿਲਦੇ ਪਏ ਜ਼ਿਲ੍ਹੇ ਦੇ ਵਿੱਚ ਤਰਨ ਤਾਰਨ ਦੇ ਵਿੱਚ? ਹਜੇ ਤੱਕ ਤਾਂ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਸੌਖੀ ਹੈ ਕਿਉਂਕਿ ਹੁਣ ਤੱਕ 2 ਸਸਪੈਕਟਿਡ ਕੇਸ ਪਹਿਲਾਂ ਦਾਖਲ ਕੀਤੇ ਗਏ ਸੀ ਦੋਨਾਂ ਦੇ ਰਿਜ਼ਲਟ ਨੈਗੇਟਿਵ ਆਏ ਨੇ। ਇਹ ਸਾਡੇ ਕੋਲ ਤੀਸਰਾ ਕੇਸ ਦਾਖਲ ਹੋਇਆ ਅਤੇ ਇਹਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਛ ਕਹਿ ਸਕਦੇ ਹਾਂ। ਇਸ ਤੋਂ ਜ਼ਿਆਦਾ ਕੇਸ ਅਜੇ ਤੱਕ ਸਾਡੇ ਨੋਟਿਸ ਵਿੱਚ ਨਹੀਂ ਆਏ ਨੇ। ਸੋ ਇਹ ਸਨ ਸਿਵਲ ਸਰਜਨ ਅਨੂਪ ਜੀ ਤਰਨ ਤਾਰਨ ਜਿਨ੍ਹਾਂ ਦੱਸਿਆ ਹੈ ਕਿ ਜਿਹੜੇ ਇੱਕ ਕੇਸ ਆ ਲੇਡੀਜ਼ ਜਿਹੜੇ ਪੱਟੀ ਤੋਂ ਲਿਆਂਦੇ ਗਏ ਨੇ ਇਹਨਾਂ ਦੇ ਜਿਹੜੇ ਸੈਂਪਲ ਸਨ ਉਹ ਜਿਹੜੇ ਅੰਮ੍ਰਿਤਸਰ ਭੇਜ ਦਿੱਤੇ ਗਏ ਨੇ। ਸੈਂਪਲ ਆਉਣ 'ਤੇ ਹੀ ਜਿਹੜਾ ਵਾ ਦੂਸਰਾ ਪਤਾ ਲੱਗ ਸਕਦਾ ਹੈ ਕਿ ਇਹ ਕਰੋਨਾ ਹੈ ਜਾਂ ਫਿਰ ਸ਼ੱਕ ਦੇ ਜਾ ਰਹੀ ਕਿਉਂਕਿ ਦਾਖਲ ਜੋ ਇਹ ਕਰਨਾ ਪੈਂਦਾ ਜਿਸ ਤਰ੍ਹਾਂ ਉਹਨੇ ਦੱਸਿਆ ਕਿ ਇਹਨੂੰ ਸੁੱਕੀ ਖਾਂਸੀ ਵੀ ਆ ਰਹੀ ਸੀ, ਬੁਖਾਰ ਵੀ ਸੀ ਅਤੇ ਉਸ ਦੇ ਲੱਛਣ ਜੋ ਦੇਖਦਿਆਂ ਹੋਇਆਂ ਹੀ ਜਿਹੜਾ ਇਹਨੂੰ ਆਈਸੋਲੇਸ਼ਨ ਵਾਰਡ ਜਿਹੜਾ ਤਰਨ ਤਾਰਨ ਦੇ ਵਿੱਚ ਦਾਖਲ ਕੀਤਾ ਗਿਆ ਹੈ। ਕੈਮਰਾਮੈਨ ਪਰਸਨ VK ਭਾਰਗਵ ਦੇ ਨਾਲ, ਰਿਪੋਰਟਰ ਵਿਜੇ ਕੁਮਾਰ, ਗਲੋਬਲ ਪੰਜਾਬ TV, ਤਰਨ ਤਾਰਨ।